ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਹੈਗਾ ਆਪਣਾ ਵਲੌਗ ਨੰਬਰ 2, ਅਤੇ ਵਲੌਗ ਨੰਬਰ 2 'ਚ ਆਪਾਂ ਚੱਲੇ ਹਾਂ ਜੀ ਪਟਿਆਲੇ। ਪਟਿਆਲੇ ਆਪਾਂ ਚੱਲੇ ਹਾਂ, ਅੱਜ ਹੈਗਾ ਡੋਗ ਸ਼ੋਅ, ਅਤੇ ਉੱਥੇ ਦੇਖਾਂਗੇ ਕਿਵੇਂ ਕਿਵੇਂ ਕਿਹੜੀ ਕਿਹੜੀ ਡੋਗਸ ਆਏ ਨੇ, ਅਤੇ ਉਹਨਾਂ ਦੇ ਡੋਗ ਓਨਰਸ ਦੇ ਨਾਲ ਜ਼ਰੂਰ ਗੱਲ ਕਰਾਂਗੇ ਵੀ ਕਿਹੜੇ ਕਿਹੜੇ ਪ੍ਰਾਈਜ਼ ਰੇਂਜਸ ਦੇ ਵਿੱਚ ਡੋਗਸ ਲੈ ਕੇ ਆਏ ਨੇ। ਅਤੇ ਦਿਲ ਤਾਂ ਬਣ ਰਿਹਾ ਸਾਡਾ ਵੀ ਆਪਾਂ ਵੀ ਇੱਕ ਅੱਧਾ ਡੋਗ ਹੋਰ ਲੈ ਆਈਏ। ਬਾਕੀ ਮਿਲਦੇ ਸਾਨੂੰ ਪਟਿਆਲੇ ਜਾ ਕੇ, ਦਿਖਾਉਂਦੇ ਹਾਂ ਕਿਹੜੇ ਕਿਹੜੇ ਡੋਗਸ ਨੇ, ਕੀ ਚੱਲ ਰਿਹਾ। ਟਿਲ ਦੈਨ ਜੁੜੇ ਰਹੋ। ਹਾਂਜੀ, 2 ਘੰਟੇ ਸਫ਼ਰ ਬਾਅਦ ਆਪਾਂ ਪਟਿਆਲੇ ਪਹੁੰਚ ਗਏ ਹਾਂ, ਅਤੇ ਬਾਕੀ ਅੰਦਰ ਜਾ ਕੇ ਦੇਖਦੇ ਹਾਂ ਹੁਣ ਕਿਆ ਹਾਲ ਚਾਲ ਚੱਲ ਰਿਹਾ। ਅਤੇ ਰਸ਼ ਤੁਸੀਂ ਦੇਖ ਹੀ ਸਕਦੇ ਹੋ, ਅੱਤ ਦਾ ਰਸ਼ ਹੋਇਆ ਪਿਆ ਜਿਵੇਂ ਲੁਧਿਆਣੇ ਡੋਗ ਸ਼ੋਅ 'ਤੇ ਰਸ਼ ਹੁੰਦਾ, ਸੇਮ ਰਸ਼ ਉੱਦਾਂ ਹੋਇਆ ਪਿਆ। ਫਾਈਨਲੀ ਐਂਟਰ ਕਰ ਗਏ ਹਾਂ ਜੀ ਡੋਗ ਸ਼ੋਅ ਦੇ ਅੰਦਰ ਪਟਿਆਲਾ, ਅਤੇ ਰਸ਼ ਤੁਸੀਂ ਦੇਖ ਹੀ ਸਕਦੇ ਹੋ ਕਿੰਨੀ ਭੀੜ ਹੋਈ ਆ, ਅੱਜ ਪਬਲਿਕ ਕਾਫੀ ਆਈ ਹੋਈ ਹੈ। ਬਾਹਰ ਤੋਂ ਆਪਾਂ ਸੁਣਿਆ ਜਿਵੇਂ ਲੁਧਿਆਣੇ ਦੇ ਵਿੱਚ ਰਸ਼ ਹੁੰਦਾ, ਉੱਦਾਂ ਹੀ ਰਸ਼ ਹੈ। ਬਾਕੀ ਆਪਣਾ ਤਾਂ ਪਹਿਲੇ ਡੋਗ ਸ਼ੋਅ ਦੇ ਉੱਤੇ ਵਲੌਗ ਹੈ, ਅਤੇ ਦੇਖਦੇ ਰਹੋ, ਜੁੜੇ ਰਹੋ ਅੱਗੇ ਤੱਕ, ਅਤੇ ਦਿਖਾਉਂਦੇ ਥੋੜ੍ਹੀ ਜਿਹੀ ਕਲਿਪਸ ਡੋਗਸ ਦੀ ਜਿਹੜੇ ਜਿਹੜੇ ਆਏ ਹੈ ਇੱਥੇ। ਫਾਈਨਲੀ ਐਂਟਰ ਹੋ ਗਏ ਜੀ ਚੰਗੀ ਤਰ੍ਹਾਂ, ਹੁਣ ਆਪਾਂ ਗੱਲਬਾਤ ਕਰਦੇ ਹਾਂ ਡੋਗ ਓਨਰਸ ਦੇ ਨਾਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਭਾਈ ਕਿਹੜਾ ਕੈਨਲ ਹੈ ਜੀ? ਕਮਾਨ ਕੈਨਲ ਹੈ ਜੀ, ਕਾਲਾ ਝਾੜ ਪਿੰਡ ਹੈ। ਕਾਲਾ ਝਾੜ ਪਿੰਡ, ਹਾਂ ਜੀ, ਵਧੀਆ ਜੀ। ਭਾਈ ਆਹ ਕਿਹੜੇ ਕਿਹੜੀ ਨਸਲ ਦੇ ਹੈ ਡੋਗਸ? ਇਹ ਇੰਡੀਅਨ ਸਪਿਟਸ ਆ ਜੀ। ਇੰਡੀਅਨ ਸਪਿਟਸ, ਤੇ ਆਹ ਟਰੋਫੀਆਂ ਇਹਨਾਂ ਦੀਆਂ? ਹਾਂ ਜੀ ਹਾਂ ਜੀ, ਅੱਜ ਤੇ ਵਿਨਰ ਆਈ ਇਹ, ਬੈਸਟ ਆਫ ਬਰੀਡ ਦੋਨੇ ਰਿੰਗਾਂ 'ਚੋਂ। ਅੱਛਾ ਅੱਛਾ ਅੱਛਾ, ਠੀਕ ਹੈ। ਤੇ ਆਹ ਬੇਬੀ ਇੱਕ ਵਾਰ ਕੱਢ ਕੇ ਦਿਖਾ ਦਿਓ ਇਹਦਾ। ਇਹ ਬੇਬੀ ਹੈ, ਕਿੰਨੇ ਟਾਈਮ ਦਾ ਹੋਗਾ ਜੀ? ਇਹ 28 ਡੇਜ਼ ਦਾ ਹੋਗਾ ਜੀ, 28। ਇਹਦੀ ਕਿਆ ਡਿਮਾਂਡ ਹੈ ਆਪਣੇ ਕੋਲ? 6500 ਰੁਪਇਆ ਮੇਲ ਹੈ ਜੀ। 6500 ਰੁਪਏ ਮੇਲ, ਹਾਂ ਜੀ, ਠੀਕ ਹੈ ਜੀ। ਅਤੇ ਇਹ ਵਾਲੇ? ਇਹ ਆਪਣੇ ਕਲਚਰ ਐਂਡ ਟੋਏ ਨੇ ਸਰ। ਕਲਚਰ ਐਂਡ ਟੋਏ, ਹਾਂ ਜੀ ਹਾਂ। ਡੋਗੀ ਤੋਂ ਸਾਰੇ ਸੁੱਤੇ ਪਏ ਆ ਹਲੇ। ਇਹਨਾਂ ਦੀ ਕਿਆ ਡਿਮਾਂਡ ਹੈ ਭਾਈ? ਇਹ 8000 ਦਾ ਮੇਲ ਹੈ ਜੀ। ਅੱਛਾ, 7000 ਦੀ ਫੀਮੇਲ ਹੈ ਸਰ। ਠੀਕ ਹੈ ਜੀ, ਹਾਂ ਜੀ। ਅਤੇ ਆਪਣਾ ਕੰਟੈਕਟ ਨੰਬਰ ਦੱਸ ਦਿਓ ਇੱਕ ਵਾਰ। 9637, ਠੀਕ ਹੈ, 57437, ਠੀਕ ਹੈ ਜੀ। ਕਿੰਗਸ ਚਾਰਲਸ ਸਪੈਨੀਅਲ ਦੀ ਰਿੰਗ ਚੱਲਦੀ ਪਈ ਹੈ ਜੀ, ਅਤੇ ਰਿੰਗ ਤਾਂ ਹੁਣ ਖਤਮ ਹੋ ਗਈ ਹੈ, ਆਪਾਂ ਥੋੜ੍ਹੇ ਜਿਹੇ ਲੇਟ ਹੋ ਗਏ ਹੈ। ਅਵਾਰਡਸ ਮਿਲਦੇ ਪਏ ਹੈ, ਬਾਕੀ ਆਪਾਂ ਜੋ ਵਿਨਰ ਡੋਗ ਹੈ ਉਹਨੂੰ ਆਪਾਂ ਥੋੜ੍ਹਾ ਜਿਹਾ ਕਵਰ ਕਰਦੇ ਹਾਂ ਵਿੱਚ। ਚਾਰਲਸ ਸਪੈਨੀਅਲ ਦੀ ਵਿਨਰ ਚੈੱਕ ਕਰੋ ਜੀ, ਕਿੰਨੀ ਸੋਹਣੀ ਲੁੱਕ ਬਣੀ ਹੋਈ ਹੈ ਡੋਗ ਦੀ, ਅਤੇ ਵਿਨਰ ਹੈ ਜੀ ਇਸ ਰਿੰਗ ਦੀ। ਬਾਕੀ ਆਪਾਂ ਨੈਕਸਟ ਓਨਰ ਨਾਲ ਹੁਣ ਗੱਲ ਕਰਦੇ ਹਾਂ ਅੱਗੇ। ਹਾਂਜੀ ਬਾਈ, ਕੀ ਹਾਲ ਚਾਲ ਹੈ ਜੀ? ਜੀ ਵੀਰ ਜੀ, ਆਪਾਂ ਕਿੱਥੋਂ ਜੀ? ਅਸੀਂ ਰਾਜਪੁਰੇ ਦੇ ਲੱਗਦੇ ਹਾਂ ਜੀ। ਕੀ ਨਾਮ ਹੈ ਆਪਣਾ? ਰਵਿੰਦਰ ਸਿੰਘ ਹੈ ਜੀ। ਰਵਿੰਦਰ ਸਿੰਘ, ਬਾਈ ਕਿਹੜੇ ਡੋਗ ਹੈ ਅੱਜ? ਇਹ ਹਸਕੀ ਹੈ ਜੀ। ਹਸਕੀ, ਇਹ ਫੁੱਲ ਵਾਈਟ ਹੈ? ਹਾਂਜੀ ਫੁੱਲ ਵਾਈਟ। ਫੁੱਲ ਵਾਈਟ, ਬਲੂ ਆਈਸ। ਬਲੂ ਆਈਸ ਹੈ, ਠੀਕ ਹੈ। ਅਤੇ ਕਿਆ ਡਿਮਾਂਡ ਹੈ ਇਹਨਾਂ ਦੀ? ਇਹ 20000 ਦਾ ਜੀ। 20000 ਦਾ, ਠੀਕ ਹੈ। ਅਤੇ ਇਹਨਾਂ ਦੀ? ਇਹ ਬਲੈਕ ਵਾਲਾ 20 ਦਾ, ਦੂਆ ਜੀ 15 ਦਾ। ਅੱਛਾ ਅੱਛਾ ਅੱਛਾ, ਉਹ ਡਬਲ ਸ਼ੇਡ ਹੈ ਜੀ, ਠੀਕ ਹੈ। ਬਲੂ ਹੈ, ਇੱਕ ਵਾਈਟ ਬਲੈਕ ਹੈ, ਠੀਕ ਹੈ। ਅਤੇ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਜੀ? ਸਾਨੂੰ ਤਾਂ ਜੀ 10-15 ਸਾਲ ਹੋ ਗਏ ਜੀ ਇਹ ਕੰਮ ਕਰਦੇ ਨੇ ਇਸੇ ਫੀਲਡ 'ਚ। ਹਾਂਜੀ, ਵਧੀਆ ਵਧੀਆ ਵਧੀਆ, ਠੀਕ ਹੈ। ਅਤੇ ਆਪਣਾ ਨੰਬਰ ਬੋਲ ਦਿਓ ਭਾਜੀ ਇੱਕ ਵਾਰ। 95921-38550, ਠੀਕ ਹੈ ਜੀ। ਅਤੇ ਆਪਣਾ ਕਿੱਥੇ ਕਹਿ? ਇਹ ਰਾਜਪੁਰ ਤੋਂ ਜੀ 10 ਕਿਲੋਮੀਟਰ ਹੈ ਜੀ ਪਰਲੀ ਸਾਈਡ, ਸਦਰੌਰ ਮਾਜਰੀ ਪਿੰਡ ਹੈ। ਓਕੇ ਓਕੇ ਓਕੇ, ਠੀਕ ਹੈ। ਜਰਮਨ ਸ਼ੈਫਰਡ ਦੀ ਰਿੰਗ ਦੀ ਚੱਲਦੀ ਹੈ, ਜਰਮਨ ਸ਼ੈਫਰਡ ਦੀ ਚੱਲ ਰਹੀ ਹੈ ਜੀ ਰਿੰਗ। ਸਕਣੀ ਆਪਣੇ ਆਪਣੇ ਨੰਬਰਾਂ ਦਾ ਵੇਟ ਕਰਦੇ ਹੋਏ, ਬਾਕੀ ਅੱਗੇ ਦਿਖਾਉਂਦੇ ਆ ਰਿੰਗ ਦੀ ਕਲਿਪਸ ਥੋੜ੍ਹੀ ਜੀ।
ਜਰਮਨ ਸ਼ੈਫਰਡ ਬਲੈਕ ਕੋਟ ਚੈੱਕ ਕਰੋ ਜੀ, ਬਾਕੀ ਮੈਨੂੰ ਪਰਸਨਲ ਤਾਂ ਬਲੈਕ ਬਹੁਤ ਵਧੀਆ ਲੱਗਦਾ, ਤੁਸੀਂ ਆਪਣਾ ਆਪਣਾ ਜ਼ਰੂਰ ਦੱਸਿਓ। ਹੁਣ ਆ ਗਿਆ ਜੀ ਆਪਾਂ ਜਰਮਨ ਸ਼ੈਫਰਡ ਦੀ ਰਿੰਗ ਵੱਲ, ਅਤੇ ਬੜੀ ਜ਼ਬਰਦਸਤ ਰਿੰਗ ਚੱਲਦੀ ਪਈ ਹੈ, ਡੋਗ ਪੂਰੇ ਜੋਸ਼ ਨਾਲ ਭੱਜਣ ਲੱਗੇ ਹੋਏ ਹੈ, ਬਾਕੀ ਲੋਕਾਂ ਦਾ ਵੀ ਪੂਰਾ ਕਾਫੀ ਜੋਸ਼ ਵਧਿਆ ਹੋਇਆ, ਬਾਈ ਦੀ ਆਵਾਜ਼ ਸੁਣ ਹੀ ਸਕਦੇ ਹੋ ਤੁਸੀਂ, ਬਹੁਤ ਉੱਚੀ ਆਵਾਜ਼ ਹੈ। ਚਲੋ ਜੀ ਆ ਤਾਂ ਚੱਲੀ ਜਾਊ, ਬਾਕੀ ਆਪਾਂ ਚੱਲਦੇ ਨੈਕਸਟ ਡੋਗ ਉਹਨਾਂ ਦੇ ਵੱਲ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਹੜੇ ਡੋਗਸ ਲੈ ਕੇ ਆਏ ਅੱਜ। ਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਭਾਈ ਆਪਣਾ? ਹਰਪ੍ਰੀਤ ਸਿੰਘ ਹੈ ਜੀ। ਹਰਪ੍ਰੀਤ ਸਿੰਘ ਭਾਈ ਕਿੱਥੋਂ? ਅਹਿਮਦਗੜ੍ਹ ਮੰਡੀ ਤੋਂ ਜੀ। ਅਹਿਮਦਗੜ੍ਹ ਮੰਡੀ, ਅਤੇ ਅੱਜ ਕਿਹੜੇ ਡੋਗ ਲੈ ਕੇ ਆਏ? ਕਲਚਰ ਫਾਰਮ ਲੈ ਕੇ ਆਏ ਜੀ। ਕਲਚਰ ਫਾਰਮ, ਕਿੰਨਾ ਟਾਈਮ ਦੇ ਹੋ ਗਈ? ਇਹ ਹੈਗੇ ਆਪਣੇ 2 ਮਹੀਨੇ ਦੇ ਹੋਣ ਵਾਲੇ ਜੀ। 2 ਮਹੀਨੇ ਦੇ, ਅਤੇ ਕਿਆ ਪ੍ਰਾਈਜ਼ ਰੇਂਜ ਰੱਖੀ ਇਹਨਾਂ ਦੀ? 11,000 ਰੁਪਏ ਦਾ ਮੇਲ ਹੈ ਜੀ, ਫੀਮੇਲ ਹੈ ਜੀ 8,500 ਰੁਪਏ। ਅੱਛਾ, ਅਤੇ ਆਪਣਾ ਨੰਬਰ ਬੋਲ ਦਿਓ ਬਾਈ ਇੱਕ ਵਾਰ। 99145 34 99। ਠੀਕ ਹੈ ਜੀ, ਠੀਕ ਹੈ, ਥੈਂਕ ਯੂ। ਸਤਿ ਸ਼੍ਰੀ ਅਕਾਲ ਬਾਈ, ਕੀ ਹਾਲ ਹੈ ਜੀ? ਸਤਿ ਸ਼੍ਰੀ ਅਕਾਲ ਬਾਈ, ਵਧੀਆ। ਹੋਰ ਬਾਈ ਆਪਣਾ ਨਾਮ ਕੀ? ਪਹਿਲਾਂ ਨਾਮ ਦੱਸ। ਨਾਮ ਰਿਸ਼ਪਾਲ ਸਿੰਘ। ਠੀਕ ਹੈ ਜੀ, ਅੱਜ ਕਿਹੜੇ ਕਿਹੜੇ ਡੋਗ ਲਗਾਏ ਬਾਈ? ਆਪਣੇ ਕੋਲ ਦਰਿਆ ਦੇ ਕੋਲ ਜਰਮਨ ਸ਼ੈਫਰਡ ਆ, ਪੋਮੇਰੀਅਨ ਨੇ, ਕਲਚਰ ਬੋਮ ਆ, ਅਤੇ ਬਾਕੀ ਆਪਣੇ ਰੋਟੀਵਰ ਸੀਗੇ। ਅੱਛਾ ਜੀ, ਲੌਟ ਬਿੱਲਰ ਸੀ ਕਾਫੀ, ਜੋ ਸੇਲ ਕਰਦੇ। ਠੀਕ ਹੈ ਜੀ, ਠੀਕ ਹੈ, ਕੱਟ ਵੀ ਆਪਣਾ ਹਸਤੀ ਦਾ। ਠੀਕ ਹੈ, ਅਤੇ ਆਪਣਾ ਬਾਈ ਕਿਆ ਨਾਮ ਹੈ? ਕੈਨਲ ਦਾ ਰਿਸ਼ਪਾਲ ਸਿੰਘ ਵੀਰੇ, ਆਪਣਾ ਆਪਦੇ ਆ ਸੀ। ਅੱਛਾ ਅੱਛਾ, ਜਰਮਨ ਸ਼ੈਫਰਡ ਇਹ 15,000 ਦੀ ਫੀਮੇਲ ਆ ਜੀ। ਠੀਕ ਹੈ ਜੀ, ਠੀਕ ਹੈ, ਜਰਮਨ ਸ਼ੈਫਰਡ। ਠੀਕ ਹੈ ਬਾਈ, ਥੈਂਕ ਯੂ। ਓਕੇ ਜੀ, ਓਕੇ। ਤੇ ਆਪਣਾ ਨੰਬਰ ਬੋਲ ਦੋ ਬਾਈ ਇੱਕ ਵਾਰ। 9876772752। ਠੀਕ ਹੈ, ਪਟਿਆਲਾ ਡੋਗ ਸ਼ੋਅ ਅਤੇ ਪਟਿਆਲੇ ਡੋਗ ਸ਼ੋਅ ਦੇ ਵਿੱਚ ਅਸੈਸਰੀਜ਼ ਦੀ ਸ਼ੋਪਸ, ਡੋਗ ਅਸੈਸਰੀਜ਼ ਦੀ ਸ਼ੋਪ। ਆਹ ਚੈੱਕ ਕਰੋ ਜੀ, ਸ਼ੋਅ ਦੀ ਅਸਲੀ ਚੀਜ਼ ਤਾਂ ਹੁਣ ਆਈ ਹੈ, ਟਿਪਟੀਅਨ ਮਸਟਿਫ, ਬਹੁਤ ਡੇਂਜਰਸ ਲੁੱਕ, ਬਹੁਤ ਖਤਰਨਾਕ ਲੁੱਕ ਆ ਰਹੀ ਹੈ, ਅਤੇ ਸ਼ੋਅ ਦੀ ਅਸਲੀ ਪਹਿਚਾਣ ਤਾਂ ਆਹੀ ਸੀਗੀ, ਬਾਕੀ KCA ਰਜਿਸਟਰਡ ਨਹੀਂ ਸੀਗੇ ਤਾਂ ਕਰਕੇ ਸ਼ੋਅ 'ਚ ਪਾਰਟ ਨਹੀਂ ਲਿਆ, ਪਰ ਪਰਸਨੈਲਿਟੀ ਤੁਸੀਂ ਚੈੱਕ ਕਰ ਸਕਦੇ ਹੋ। ਨੰਬਰ 2 ਦਾ ਡੇ 2, ਅਤੇ ਅੱਜ ਇਸ ਵਲੌਗ ਨੂੰ ਕਰਦੇ ਹਾਂ ਆਪਾਂ ਇੱਥੇ ਐਂਡ। ਕੱਲ੍ਹ ਰਾਤ ਲੇਟ ਹੋ ਗਈ ਸੀ, ਅਤੇ ਕੱਲ੍ਹ ਆਪਾਂ ਲਏ ਜੀ ਬੀਗਲ ਹੋਰ ਪਟਿਆਲੇ ਡੋਗ ਸ਼ੋਅ ਤੋਂ ਨਹੀਂ ਲਈ, ਆਪਾਂ ਬੀਗਲ ਅਤੇ ਪਟਿਆਲੇ ਤੋਂ ਹੀ ਲਈ ਹੈ, ਆਪਣੇ ਜਿਨ੍ਹਾਂ ਤੋਂ ਆਪਾਂ ਪਹਿਲਾਂ ਬਰੂਨੋ 'ਤੇ ਗੱਡੀ ਗਏ ਸੀ ਉਹਨਾਂ ਤੋਂ ਹੀ। ਬਾਕੀ ਜੇ ਇਸ ਵਲੌਗ 'ਚ ਵੀ ਕਮੀ ਪੇਸ਼ੀ ਲੱਗੀ ਹੋਵੇ ਤਾਂ ਜ਼ਰੂਰ ਦੱਸਿਓ, ਅਤੇ ਹੋਰ ਬੈਟਰ ਕਰਨ ਦੀ ਟਰਾਈ ਕਰਾਂਗੇ। ਫਸਟ ਵਲੌਗ ਸੀਗਾ ਆਪਣਾ ਡੋਗ ਸ਼ੋਅ ਦੇ ਉੱਤੇ, ਅਤੇ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਦੇ ਵਿੱਚ, ਅਤੇ ਨਾਲ ਬਣੇ ਰਹੋ। ਟਿਲ ਦੈਨ ਲਾਈਕ, ਕਮੈਂਟ, ਸ਼ੇਅਰ ਕਰਕੇ ਜ਼ਰੂਰ ਦੱਸਿਓ ਕਿਵੇਂ ਲੱਗਿਆ। ਧੰਨਵਾਦ।